ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸੁਖਵਿੰਦਰ ਸਿੰਘ ਬਲਿਆਲ ਨੇ ਜੋ ਮਹਾਪੁਰਸ਼ ਸੰਤ ਬਾਬਾ ਰਣਜੀਤ ਸਿੰਘ ਹੋਰਾਂ ਤੇ ਇਲਜ਼ਾਮ ਲਾਏ ਸੁਣ ਕੇ ਬੜਾ ਹੀ ਦੁੱਖ ਹੋਇਆ ਸਤ ਸੰਗਿਓ ਜਦੋਂ ਵੀ ਕੋਈ ਅਗਾਹ ਵੱਧੂ ਕੰਮ ਆਪਣੇ ਖੇਤਰ ਵਿੱਚ ਕੋਈ ਕਰਦਾ ਹੈ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਲੱਤਾਂ ਖਿੱਚਣ ਵਾਲੇ ਵੀ ਨਾਲ ਹੀ ਖਲੋ ਜਾਂਦੇ ਨੇ ਜਿੰਨਾ ਵੱਡਾ ਕੋਈ ਪਰਉਪਕਾਰ ਕਰਦਾ ਏ ਇਹ ਪਾਪੀ ਲੋਕ ਓਡਾ ਵੱਡਾ ਇਲਜ਼ਾਮ ਲਾਉਂਦੇ ਨੇ ਮਹਾਂਪੁਰਸ਼ ਸੰਤ ਬਾਬਾ ਰਣਜੀਤ ਸਿੰਘ ਹੋਰਾਂ ਨਹੀਂ ਕਈ ਵਾਰ ਤੱਕੀ ਦਾ ਹੈ ਜੋ ਪਰਉਪਕਾਰ ਕੀਤਾ ਹੈ ਜੋ ਉਹਨਾਂ ਕੱਲਿਆਂ ਕਰ ਦਿੱਤਾ ਹੈ ਵੱਡੀਆਂ-ਵੱਡੀਆਂ ਜ਼ਿੰਮੇਵਾਰ ਜਥੇਬੰਦੀਆਂ ਉਹ ਨਹੀਂ ਕਰ ਸਕੀਆਂ ਕਿੰਨਿਆਂ ਲੱਖਾਂ ਪੁਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਨਕ ਦੇ ਘਰ ਵਿੱਚ ਦਾਖਲਾ ਦਵਾ ਦਿੱਤਾ ਜਦੋਂ ਇਹੋ ਜਿਹੀਆਂ ਗੱਲਾਂ ਸੁਣੀ ਦੀਆਂ ਨੇ ਬਹੁਤ ਦੁੱਖ ਲੱਗਦਾ ਹੈ ਇੰਜ ਲੱਗਦਾ ਹੈ ਜਿਵੇਂ ਕੋਈ ਸਾਡੇ ਸਿੱਖ ਧਰਮ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡਾ ਕੋਈ ਸਿੱਖ ਧਰਮ ਦਾ ਦੁਖੀ ਹੈ ਜੋ ਚਾਹੁੰਦਾ ਹੈ ਗੁਰੂ ਨਾਨਕ ਦਾ ਪਰਿਵਾਰ ਅੱਗੇ ਨਾ ਵਧੇ ਫੁੱਲੇ ਮੈਂ ਤੇ ਇਹ ਆਖਾਂਗਾ ਸਾਨੂੰ ਸਾਰੀਆਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਦੋਂ ਕੋਈ ਕਿਸੇ ਮਹਾਪੁਰਸ਼ ਤੇ ਜਾਂ ਕਿਸੇ ਕੀਰਤਨੀਏ ਤੇ ਪ੍ਰਚਾਰਕ ਤੇ ਕੋਈ ਇਲਜ਼ਾਮ ਲਾਂਦਾ ਹੈ ਸਾਨੂੰ ਡੁਗਿਆਈ ਨਾਲ ਸੋਚਣਾ ਚਾਹੀਦਾ ਹੈ ਇਹ ਕਿਤੇ ਸਾਡੇ ਦੋਖੀ ਤੇ ਨਹੀਂ ਇਹ ਸਾਡੇ ਧਰਮ ਨੂੰ ਖਤਮ ਤੇ ਨਹੀਂ ਕਰਨਾ ਚਾਹੁੰਦੇ ਕੋਈ ਇਹੋ ਜੀ ਹੀ ਗੱਲ ਸੁਖਵਿੰਦਰ ਸਿੰਘ ਦੇ ਇਹਨਾਂ ਗੱਲਾਂ ਵਿੱਚੋਂ ਲੱਗਦੀ ਹੈ ਮੈਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਵੀ ਤੁਸੀਂ ਇਸ ਗੱਲ ਵੱਲ ਖਿਆਲ ਵੀ ਨਾ ਕਰਨਾ ਜੋ ਮਹਾਪੁਰਸ਼ ਪਰਉਪਕਾਰ ਕਰ ਰਹੇ ਨੇ ਉਹਨਾਂ ਵੱਲ ਖਿਆਲ ਕਰੋ ਉਹਨਾਂ ਦੇ ਪ੍ਰਵਚਨਾਂ ਵਿੱਚ ਐਡੀ ਸ਼ਕਤੀ ਹੈ ਟੁੱਟੀਆਂ ਹੋਈਆਂ ਰੂਹਾਂ ਦੂਸਰੇ ਧਰਮਾਂ ਦੇ ਲੋਕ ਉਹ ਵੀ ਅਮਰ ਸ਼ੱਕੇ ਅੱਜ ਗੁਰੂ ਵਾਲੇ ਬਣ ਗਏ ਨੇ ਆਪਾਂ ਚੰਗਿਆਈਆਂ ਨੂੰ ਦੇਖੀਏ ਤੇ ਚੰਗੇ ਬਣ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਹੋਏ ਹਨ ਤੇ ਸਿੱਖ ਵਿਰੋਧੀ ਅੰਸਰਾਂ ਨੇ ਉਹਨਾਂ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮੌਜੂਦਾ ਸਮੇਂ ਵਿੱਚ ਵੀ ਇੱਕ ਇਹੋ ਜਿਹਾ ਹੀ ਪਨਾ ਵਰਤਿਆ ਹੈ ਕਿ ਇੱਕ ਵਿਅਕਤੀ ਨੇ ਸੰਤ ਰਣਜੀਤ ਸਿੰਘ ਢੱਡੀਆਂ ਵਾਲਿਆਂ ਤੇ ਕਈ ਇਲਜ਼ਾਮ ਲਗਾਏ ਹਨ ਤੇ ਅੱਜ ਸਾਡੇ ਨਾਲ ਜਥੇ ਦਾ ਇਕਬਾਲ ਸਿੰਘ ਜੀ ਜੋ ਤਖਤ ਸ੍ਰੀ ਪੰਨਾ ਸਾਹਿਬ ਜੀ ਦੇ ਜਥੇਦਾਰ ਹਨ ਆਓ ਉਹਨਾਂ ਕੋਲੋਂ ਹੀ ਇਸ ਬਾਰੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੂਤੋਹੀਂ ਜਦੋਂ ਤੋਂ ਖਾਲਸਾ ਪੰਥ ਦੀ ਸਿੱਜਣਾ ਹੋਈ ਜਾਂ ਪੰਥ ਚੜ੍ਹਦੀਆਂ ਕਲਾ ਵਿੱਚ ਅੱਗੇ ਵਧਿਆ ਤੇ ਜਿਨ੍ਹਾਂ ਨੇ ਪੰਥ ਨੂੰ ਚੜ੍ਹਦੀ ਕਲਾ ਦੇ ਵਾਸਤੇ ਯਤਨ ਕੀਤੇ ਉਦੋਂ ਕੀਤਾ ਪ੍ਰਚਾਰ ਕੀਤਾ ਉਹਨਾਂ ਦੇ ਵਿਰੁੱਧ ਪੰਥਕ ਵਿਰੋਧੀ ਜੋ ਸ਼ਕਤੀਆਂ ਹਨ ਉਹਨਾਂ ਨੇ ਹਰ ਯਤਨ ਕੀਤੇ ਉਹਨਾਂ ਨੂੰ اخلاਕੀ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਨਾਲ ਬਦਨਾਮ ਕਰਕੇ ਸਿੱਖੀ ਪ੍ਰਚਾਰ ਨੂੰ ਢਾਹ ਲਾਉਣ ਦੇ ਯਤਨ ਪੰਥ ਦੋਖੀਆਂ ਵੱਲੋਂ ਸ਼ੁਰੂ ਤੋਂ ਹੀ ਹੁੰਦੇ ਆਏ ਹਨ ਸੋ ਇਸੇ ਦਾਇਕ ਹਿੱਸਾ ਮੌਜੂਦਾ ਸਮੇਂ ਅੰਦਰ ਜੋ ਪਿਛਲੇ ਕਈ ਸਾਲਾਂ ਤੋਂ ਸੰਤ ਬਾਬਾ ਰਣਜੀਤ ਸਿੰਘ ਜੀ ਢੜੀਆਂ ਵਾਲੇ ਬਹੁਤ ਚੜ੍ਹਦੀ ਕਲਾ ਦੇ ਨਾਲ ਦੇਸ਼ ਵਿਦੇਸ਼ਾਂ ਵਿੱਚ ਵਿਚਰ ਕੇ ਨਾਮ ਗੁਰਬਾਣੀ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਤੇ ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਬਾਟੇ ਦਮਰਦ ਛਕਾ ਕੇ ਜਿਨ੍ਹਾਂ ਨੇ ਸਿੰਘ ਸਜਾਇਆ ਹੈ ਤੇ ਦਿਨ ਬਦ ਦਿਨ ਉਹ ਚੜ੍ਹਦੀਆਂ ਕਲਾ ਵਿੱਚ ਹੀ ਰੋਜ਼ ਅੱਗੇ ਵਧਦੇ ਕੰਤੂ ਦੋਖੀਆਂ ਤੋਂ ਵੇਖੇ ਨਹੀਂ ਗਏ ਇਸ ਕਰਕੇ ਉਹਨਾਂ ਦੇ ਹੀ ਇੱਕ ਹਜੂਰੀ ਸੇਵਕ ਸੁਖਵਿੰਦਰ ਸਿੰਘ ਬਲਿਆਲ ਨੂੰ ਸੋ ਪੰਥ ਦੋਖੀ ਸ਼ਕਤੀਆਂ ਨੇ ਖਰੀਦ ਲਿਆ ਜਾਂ ਕਿਸੇ ਤਰ੍ਹਾਂ ਉਸ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਤੇ ਉਸ ਤੋਂ ਇਹੋ ਜੀਆਂ ਅਣ ਹੋਈਆਂ ਗੱਲਾਂ ਇਹੋ ਜਿਹੇ ਅਣ ਹੋਏ ਬਿਆਨ ਦੁਵਾਏ ਇਹੋ ਜਿਹੇ ਅਣ ਹੋਏ ਇਲਜ਼ਾਮ ਮਹਾਪੁਰਸ਼ਾਂ ਤੇ ਲਵਾਏ ਜਿਨ੍ਹਾਂ ਬਾਰੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਇਸ ਵਾਸਤੇ ਸੋ ਜੋ ਵੀ ਗੁਰੂ ਨਾਨਕ ਨਾਮ ਲੈਵਾ ਗੁਰ ਸੰਗਤਾਂ ਹਨ ਜੋ ਵੀ ਪੰਥ ਦਾ ਹਿੱਤ ਰੱਖਣ ਵਾਲੀਆਂ ਹਨ ਜਿਨ੍ਹਾਂ ਨੂੰ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਸੋ ਯਤਨ ਸੀਲ ਹਨ ਜਿਹੜੀਆਂ ਸੰਗਤਾਂ ਉਹਨਾਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਹੋਜੇ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਨ ਸੰਗਤਾਂ ਗੁੰਮਰਾਹ ਨਾ ਹੋਣ ਸੋ ਮਹਾਪੁਰਖ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦਾ ਜੀਵਨ ਆਚਰਣ ਬਹੁਤ ਹੀ ਪਵਿੱਤਰ ਤੇ ਊਚਾ ਹੈ। ਦਾਸ ਬਹੁਤ ਸਾਲਾਂ ਤੋਂ ਜਦੋਂ ਅਜੇ ਬਹੁਤ ਛੋਟੀ ਅਵਸਥਾ ਵਿੱਚ ਉਹ ਕੀਰਤਨ ਆਰੰਭ ਹੀ ਉਹਨਾਂ ਨੇ ਕੀਤਾ ਸੀ ਸੋ ਕਰੀਬਨ 15-20 ਸਾਲਾਂ ਤੋਂ ਲੈ ਕੇ ਉਹਨਾਂ ਦੇ ਨਾਲ ਮਿਲਾਪ ਹੈ। ਸੋ ਕਦੀ ਇਹੋ ਜੀ ਗੱਲ ਸੁਣਨ ਵਿੱਚ ਨਹੀਂ ਆਈ ਅਤੇ ਨਾ ਹੋ ਹੀ ਸਕਦੀ ਹੈ। ਸੋ ਹੁਣ ਜਦੋਂ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਹਿੰਦੁਸਤਾਨ ਦੇ ਵਿੱਚ ਵੀ ਥਾਂ-ਥਾਂ ਤੇ ਉਹ ਪ੍ਰਚਾਰ ਕਰਕੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜੇ ਲਗਾ ਰਹੇ ਹਨ ਤੇ ਪੰਥ ਦੋਖੀ ਸ਼ਕਤੀਆਂ ਦੀ ਇੱਕ ਸਾਜ਼ਿਸ਼ ਹੈ ਉਸ ਬੰਦੇ ਨੂੰ ਖਰੀਦ ਕੇ ਇੱਕ ਸਾਜ਼ਿਸ਼ ਆਦੀਨ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬਾਰ-ਬਾਰ ਇਹ ਹੀ ਅਪੀਲ ਹੈ ਬਿ ਇਹੋ ਜੀਆਂ ਸੋ ਪੰਥ ਦੋਖੀ ਸ਼ਕਤੀਆਂ ਜੋ ਇਹੋ ਜਿਹੇ ਲੋਕਾਂ ਨੂੰ ਕ੍ਰੀਤ ਲੈਂਦੀਆਂ ਹਨ ਇਹੋ ਜਿਹੇ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਕਿ ਜਾਂ ਕਿਸੇ ਦਬਾਅ ਵਿੱਚ ਆ ਕੇ ਐਸੇ ਉੱਚ ਕੋਟੀ ਦੇ ਮਹਾਪੁਰਖਾਂ ਦੇ ਉੱਪਰ ਇਲਜ਼ਾਮ ਲਗਾਉਂਦੇ ਹਨ ਸੋ ਸੰਗਤਾ ਗੁਮਰਾਹ ਨਾ ਹੋਣ ਆਪਣੀ ਜੋ ਭਾਵਨਾ ਹੈ ਜੋ ਮਹਾਪੁਰਸ਼ਾਂ ਵਾਸਤੇ ਸਤਿਕਾਰ ਪਿਆਰ ਹੈ ਉਸੇ ਤਰ੍ਹਾਂ ਹੀ ਉਹ ਆਪਣਾ ਕਾਇਮ ਰੱਖਣ ਤੇ ਇਸੇ ਨਾਲ ਹੀ ਪੰਥ ਦੀ ਚੜ੍ਹਦੀ ਕਲਾ ਹੋਏਗੀ ਇਹੋ ਜੀਆਂ ਪੰਥ ਵਿਰੋਧੀ ਸ਼ਕਤੀਆਂ ਤੋਂ ਸੰਗਤਾ ਹਰ ਸਮੇਂ ਸੁਚੇਤ ਰਹਿਣ ਕਿਉਂਕਿ ਸ਼ੁਰੂ-ਸ਼ਰੂ ਤੋਂ ਲੈ ਕੇ ਕੇ ਆਰੰਭ ਤੋਂ ਹੀ ਲੈ ਕੇ ਕੇ ਐਸੇ ਵਾਰ ਹੁੰਦੇ ਆਏ ਹਨ ਤੇ ਹੁੰਦੇ ਰਹਿਣਗੇ ਇਸ ਵਾਸਤੇ ਸੰਗਤਾਂ ਸਾਰੀਆਂ ਹੀ ਹਰ ਤਰ੍ਹਾਂ ਨਾਲ ਤਨਮਨ ਧੰਦੇ ਨਾਲ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਉਹਨਾਂ ਦਾ ਸਹਿਯੋਗ ਵੀ ਕਰਨ ਉਹਨਾਂ ਦਾ ਸਾਥ ਦੇਣ ਉਹਨਾਂ ਦੇ ਦੀਵਾਨਾਂ 'ਚ ਵਾਦ ਤੋਂ ਬਾਦ ਹਾਜ਼ਰੀਆਂ ਭਰ ਕੇ ਗੁਰਮਤ ਨੂੰ ਧ੍ਰਿੜ ਕਰਕੇ ਗੁਰਸਿੱਖੀ ਵਿੱਚ ਪ੍ਰਪੱਕ ਹੋਣ ਜਿਨ ਆਮਰਤ ਨਹੀਂ ਛਕੇ ਆਮਰਤ ਛਕੇ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹੋ ਜਿਹੇ ਲੋਕਾਂ ਸੁਖਵਿੰਦਰ ਸਿੰਘ ਵਰਗੇ ਲੋਕਾਂ ਦੇ ਬਿਆਨਾਂ ਤੇ ਉਹਨਾਂ ਦੀਆਂ ਗੱਲਾਂ ਤੇ ਜਰਾ ਵੀ ਵਿਸ਼ਵਾਸ ਨਾ ਕਰਦਿਆਂ ਹੋਇਆਂ ਗੁੰਮਰਾਹ ਸੰਗਤਾਂ ਨਾ ਹੋਣ ਇਹੀ ਸੰਗਤਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾਂਦੀ ਹੈ ਸੋ ਸੰਤ ਮਹਾਪੁਰਖ ਸਦਾ ਚੜ੍ਹਦੀਆਂ ਕਲਾ ਵਿੱਚ ਹਨ ਤੇ ਸਦਾ ਉੱਚੜੀਆਂ ਕਲਾਂ ਦੇ ਵਿੱਚ ਹੀ ਰਹੇਣਗੇ ਉਹਨਾਂ ਦਾ ਜੀਵਨ ਆਚਰਣ ਸਦਾ ਪਵਿੱਤਰ ਹੈ ਤੇ ਕਲਗੀਧਰ ਪਾਸ਼ਾ ਮਿਹਰ ਕਰਕੇ ਉਹਨਾਂ ਨੂੰ ਸਦਾ ਇਸੇ ਤਰ੍ਹਾਂ ਹੀ ਪਵਿੱਤਰ ਜੀਵਨ ਦੇ ਸਹਿਤ ਨਾਮ ਬਾਣੀ ਦਾ ਪ੍ਰਚਾਰ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਦੇ ਰਹਿਣਗੇ। ਇਹ ਹੀ ਗੁਰ ਚਰਨਾ ਵਿਖੇ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਥੇਦਾਰ ਇਕਬਾਲ ਸਿੰਘ ਜੀ ਦੇ ਬੁਖਾਰ ਮਿੰਤੋਂ ਇਹ ਅਪੀਲ ਸੁਣੀ ਹੈ ਜੀ ਤੇ ਇਹ ਹੁਣ ਸਾਨੂੰ ਹੀ ਸੋਚਣਾ ਪਏਗਾ ਕਿ ਅਸੀਂ ਕਿ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਹੈ ਅਸੀਂ ਗੁੰਮਰਾਹ ਨਹੀਂ ਹੋਣਾ ਕਿਉਂਕਿ ਇਹ ਅੰਸਰ ਗਾਇਬ-ਬਗਾਏ ਕਿਤੇ ਨਾ ਕਿਤੇ ਸਾਡੀ ਕੌਮ ਨੂੰ ਢਾਲਾ ਰਹੇ ਹਨ ਮੈਂ ਬਲਵਿੰਦਰ ਸਿੰਘ ਕੈਮਰਾਮੈਨ ਗੁਰਜੰਟ ਸਿੰਘ ਦੇ ਨਾਲ ਅਮਰਸਰ ਦਰਬਾਰ ਸਾਹਿਬ ਤੋਂ ਸੰਗਤ ਟੀਵੀ ਦੇ ਲਈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਮੈਂ ਆਪ ਜੀ ਦੀ ਮੁਲਾਕਾਤ ਦਰਬਾਰ ਸਾਹਿਬ ਸ਼੍ਰੀ ਅਮਰਸਾਹ ਸਾਹਿਬ ਤੋਂ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਦੇ ਨਾਲ ਕਰਵਾਉਣਾ ਚਾਹੁੰਦਾ ਹਾਂ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਭ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਸਜਣਾ ਕੀਤੀ ਅਤੇ ਆਪ ਪ੍ਰਚਾਰ ਪ੍ਰਸਾਰ ਕੀਤਾ ਪਰ ਸਤਗੁਰੂ ਨੂੰ ਵੀ ਲੋਕ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸਤਿਗੁਰਾਂ ਨੂੰ ਵੀ ਐਸੇ ਸ਼ਬਦ ਲੋਕ ਆਖਦੇ ਰਹੇ ਕੋਈ ਕੋਰਾਇਆ ਆਖਦਾ ਰਿਹਾ ਕੋਈ ਤਾਲਿਓ ਖੁੰਝਾ ਆਖਦਾ ਰਿਹਾ ਪਰ ਉਹ ਤਾਂ ਸਤਿਗੁਰੂ ਸੀ ਪਰ ਐਸੇ ਪ੍ਰਚਾਰ ਪ੍ਰਸਾਰ ਕਰਨ ਵਾਲੇ ਗੁਰੂ ਘਰ ਦੇ ਅੰਦਰ ਸੰਤ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਮਹਾਂਪੁਰਖ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਦਾਸ ਜਦੋਂ ਦੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ ਹੈ ਅਸੀਂ ਸਮਾਗਮਾਂ ਦੇ ਵਿੱਚ ਇਕੱਤਰ ਹੁੰਦੇ ਰਹਿੰਨੇ ਆ ਤੇ ਉਹ ਸਿੱਖ ਪੰਥ ਦਾ ਪ੍ਰਚਾਰ ਕਰ ਰਹੇ ਹਨ ਅਸੀਂ ਐਸੀ ਗੱਲ ਕਦੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਹੁਨਤਾ ਹੀ ਨਹੀਂ ਦੇਖੀ ਸਾਰੇ ਸਿੰਘ ਸਹਿਬਾਨ ਅਸੀਂ ਗੁਰਮਤ ਸਮਾਗਮਾਂ ਵਿੱਚ ਇਕੱਤਰ ਹੁੰਦੇ ਰਹਿੰਦੇ ਹਾਂ ਤੋ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਦੇਸ਼ ਵਿਦੇਸ਼ ਵਿੱਚ ਕਿਉਂਕਿ ਸਾਰੇ ਧਰਮ ਆਪਣਾ ਆਪਣਾ ਪ੍ਰਚਾਰ ਕਰ ਰਹੇ ਹਨ ਸਾਡਾ ਵੀ ਇਹ ਪ੍ਰਚਾਰ ਹੋਣਾ ਚਾਹੀਦਾ ਹੈ ਤੇ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਹਨ ਅਸੀਂ ਉਹਨਾਂ ਦੇ ਦੋਸ਼ਾਂ ਦੀ ਇੱਕ ਬਹੁਤ ਕਰੜੀ ਨਿਖੇਦੀ ਕਰਦੇ ਹਾਂ ਤੇ ਉਹ ਤਾਂ ਸਿੱਖ ਪੰਥ ਦਾ ਅੰਗ ਹਨ ਸਾਡਾ ਪ੍ਰਚਾਰ ਪਹਿਲਾਂ ਹੀ ਘਟ ਹੈ ਉਹ ਜਦੋਂ دیਵਾਨ ਲਗਾਉਂਦੇ ਹਨ ਕਿਤਨੇ-ਕਿਤਨੀਆਂ ਸਿੱਖ ਸੰਗਤਾਂ ਉਹਨਾਂ ਦੇ دیਵਾਨਾ ਵਿੱਚ ਕਤਰ ਹੁੰਦੀਆਂ ਹਨ ਤੋਂ ਇਸ ਕਰਕੇ ਆਪ ਸਿੱਖ ਸੰਗਤਾਂ ਸੁਚੇਤ ਰਹੋ ਕਈ ਝੂਠੇ ਬੇਬੁਨਿਆਦ ਜਿਹੜੇ ਲੋਕ ਹਨ ਉਹ ਇਸ ਤਰ੍ਹਾਂ ਦੇ ਦੋਸ਼ ਲਾ ਦਿੰਦੇ ਹਨ ਦਾਸ ਵੱਲੋਂ ਬੇਨਤੀ ਹੈ ਕਿ ਆਪਾਂ ਇੱਕ ਸਿੱਖ ਪੰਥ ਦੀ ਬਹੁਤ ਵੱਡੀ ਸ਼ਕਤੀ ਬਣ ਕੇ ਰਹੀਏ ਜਿਹੜੇ ਨੌਜਵਾਨ ਬੱਚੇ ਸਾਡੇ ਕੇਸਾਂ ਤੋਂ ਪੱਤ ਤੋਰੇ ਨੇ ਨਸ਼ੇ ਕਰ ਰਹੇ ਹਨ ਤੇ ਅਸੀਂ ਪ੍ਰਚਾਰ ਕਰਕੇ ਉਧਰ ਆਪਣਾ ਧਿਆਨ ਜਿਹੜਾ ਹੈ ਜੋੜੀਏ ਐਸੇ ਮਾਂਪੁਰਖਾਂ ਤੇ دیਵਾਨਾਂ ਦੇ ਵਿੱਚੋਂ ਅਸੀਂ ਲਾਭ ਉਠਾਈਏ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਅਸੀਂ ਬੈਠੇ ਹਾਂ ਦੰਦਨੀ ਰਕਸਾਲ ਦੇ ਮੁਖੀ ਸਿੰਘ ਸਾਹਿਬ ਗਨੀ ਰਾਮ ਸਿੰਘ ਜੀ ਦੇ ਕੋਲ ਕਿਉਂਕਿ ਉਹਨਾਂ ਨੂੰ ਵੀ ਇਸ ਬਾਰੇ ਇਸ ਵਿਵਾਦ ਬਾਰੇ ਪਤਾ ਚੱਲਿਆ ਤੇ ਅਸੀਂ ਉਹਨਾਂ ਕੋਲੋਂ ਹੀ ਪੁੱਛਦੇ ਹਾਂ ਜੋ ਇਹ ਗੱਲਾਂ ਚੱਲ ਰਹੀਆਂ ਹਨ ਆਪ ਜੀ ਉਹਨਾਂ ਨਾਲ ਕਿਸ ਤਰ੍ਹਾਂ ਸਹਿਮਤ ਹੋ ਵਾਸ਼ ਗੁਰੂ ਜੀ ਕਾ ਖਾਲਸਾ ਵਾਸ਼ ਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਅਖਬਾਰਾਂ ਵਿੱਚ ਬਿਆਨਬਾਜ਼ੀ ਕੀਤੀ ਗਈ ਭਾਈ ਸੁਖਵਿੰਦਰ ਸਿੰਘ ਵੱਲੋਂ ਸਤਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਜਿਨ੍ਹਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਹਾਇਾਰਾਂ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਚਕਾਇਆ ਦੇਸ਼ ਵਿੱਚ ਪਰਦੇਸ ਵਿੱਚ ਥਾਵਾਂ ਥਾਵਾਂ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅੱਜ ਵੀ ਕਰ ਰਹੇ ਨੇ ਉਸ ਪ੍ਰਚਾਰ ਨੂੰ ਢਾਹ ਲਾਉਣ ਵਾਸਤੇ ਕੁਝ ਏਜੰਸੀਆਂ ਦੇ ਖਰੀਦੇ ਲੋਕ ਇਹੋ ਜਿਹੇ ਇਲਜ਼ਾਮ ਗਾਇਬ ਗਾਇੇ ਜ਼ਿੰਮੇਵਾਰ ماں ਪੁਰਖਾਂ ਤੇ ਆਮ ਪਿਛਲੇ ਸਮੇਂ ਤੋਂ ਵੀ ਲੱਗਦੇ ਆਏ ਨੇ ਤੇ ਬੇਮੁਨਾਦੀ ਇਹ ਬਿਆਨਬਾਜ਼ੀ ਅੱਜ ਵੀ ਜਿਹੜੀ ਹੋ ਰਹੀ ਹੈ ਮੈਂ ਸੰਵਿਧਾਨਪੀ ਸੰਤ ਬਾਬਾ ਰਣਜੀਤ ਸਿੰਘ ਜੀ ਨੂੰ ਕੇਵਲ ਇੱਕ ਬਦਰਾਮ ਕਰਨ ਦੀ ਚਾਲ ਹੈ ਤੇ ਜਿਹੜਾ ਸਿੱਖੀ ਪ੍ਰਚਾਰ ਦਾ ਬੀੜਾ ਉਹਨਾਂ ਨੇ ਚੁੱਕਿਆ ਹੈ ਉਹਦੇ ਵਿੱਚ ਰੁਕਾਵਟ ਖੜੀ ਕਰਨ ਵਾਸਤੇ ਹੀ ਇਹ ਕੁਝ ਏਜੰਸੀਆਂ ਦੇ ਹੱਥ ਠੋਕੇ ਲੋਕ ਅਜੇ ਯਤਨ ਕਰ ਰਹੇ ਨੇ ਜਿਨ੍ਹਾਂ ਵਿੱਚ ਕੋਈ 1% ਵੀ ਕੋਈ ਸਚਾਈ ਵਾਲੀ ਗੱਲ ਸਾਨੂੰ ਨਜ਼ਰ ਨਹੀਂ ਆਉਂਦੀ ਕੇਵਲ ਗੀਣੀ ਮੀਥੀ ਸਾਚ ਦੇ ਤਹਿਤ ਸਾਰਾ ਕੁਝ ਇਹ ਕੀਤਾ ਜਾ ਰਿਹਾ ਹੈ ਅਸੀਂ ਕੌਮ ਨੂੰ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਜੇ ਸੁਖਵਿੰਦਰ ਸਿੰਘ ਬਲਿਆਲ ਨੂੰ ਕੋਈ ਐਸਾ ਖਦਸ਼ਾ ਸੀ ਜਾਂ ਉਹਨਾਂ ਨੇ ਐਸੀ ਗੱਲ ਕੋ ਵੇਖੀ ਸੀ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਮਹਾਂਪੁਰਖਾਂ ਦੇ ਪਾਸ ਆ ਕੇ ਆਪਦੀ ਗੱਲ ਕਹਿਣ ਦਾ ਹੱਕ ਸੀ ਉਹ ਆ ਕੇ ਦੱਸ ਦੇ ਨਾ ਕਿ ਇੱਕ ਬਦਨਾਮ ਕਰਨ ਵਾਸਤੇ ਜਾਂ ਜੀ ਮੇਰੇ ਕੇਸ ਕਤਲ ਕਰਵਾਤੇ ਜਿਨ੍ਹਾਂ ਮਹਾਂਪੁਰਖਾਂ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਚਕਾਇਆ ਲੱਖਾਂ ਦੇ ਦਾੜੇ ਕੇਸ ਰਖਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਇਹ ਮਹਾਪੁਰਖਾਂ ਦੇ ਨਾਲ ਰਹਿਣ ਵਾਲੇ ਸਾਥੀ ਦੇ ਬਰਤੀ ਕਹਿ ਸਕਦੇ ਨੇ ਤੇਰੀ ਦਾੜੀ ਮੋਨ ਦਿਓ ਜੀ ਇਹਦਾ ਸਿਰ ਦਾ ਜੂڑا ਮੋਨ ਦਿਓ ਜੀ ਇੱਕ ਆਪ ਹੁਦਰੀਆਂ ਚਾਲਾਂ ਨੇ ਔਰ ਏਜੰਸੀਆਂ ਦੀਆਂ ਚਾਲਾਂ ਨੇ ਉਸ ਵਿਅਕਤੀ ਨੂੰ ਅੱਗੇ ਲਾ ਕੇ ਤੇ ਇਨਾ ਮਹਾਪੁਰਖਾਂ ਨੂੰ ਇੱਕ ਬਦਨਾਮ ਕਰਨ ਵਾਸਤੇ ਕੋਈ ਇੱਕ ਸਾਜ਼ਿ ਸੀ ਘੜੀ ਹੈ ਹੋਰ ਇਹ ਚ ਸੱਚਾਈ ਕਿਸੇ ਵੀ ਕੀਮਤ ਤੇ ਹੋ ਨਹੀਂ ਸਕਦੀ ਨਾ ਅਜਿਆ ਹੋ ਸਕਦਾ ਸਾਨੂੰ ਇਸ ਗੱਲ ਦਾ ਦਮਦਮ ਟਕਸਾਲ ਅਸੀਂ ਇਸ ਗੱਲ ਦਾ ਯਕੀਨ ਹੈ ਵੀ ਸੰਤ ਬਾਬਾ ਰਣਜੀਤ ਸਿੰਘ ਜੀ ਕੌਮ ਦੇ ਮਹਾਨ ਪ੍ਰਚਾਰਕ ਨੇ ਅਸੀਂ ਤਾਂ ਇਹੋ ਹੀ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਪਿਉਣ ਵਾਲੇ ਸਮੇਂ 'ਚ ਵੀ ਉਹ ਹੋਰ ਬੁਲੰਦੀਆਂ ਨੂੰ ਛਾਉਣ ਤੇ ਕੌਮ ਦਾ ਪ੍ਰਚਾਰ ਕਰਨਾ ਇਹਨਾਂ ਜਿਹੜੀਆਂ ਮਨਮਤ ਦੀਆਂ ਇਹ ਸਹਾਇ ਸੰਕੜੀਆਂ ਜਾ ਰਹੀਆਂ ਨੇ ਸਤਿਗੁਰੂ ਇਹਨਾਂ ਨੂੰ ਲੋਕਾਂ ਨੂੰ ਸਮਤ ਭਗਸ਼ੇ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਬਾਣੀ ਦੇ ਨਾਲ-ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਕੌਮ ਨੂੰ ਅਮਰਿਤ ਛਕਾ ਕੇ ਸੰਤ ਤੇ ਸਿਪਾਈ ਬਣਾਇਆ ਤੇ ਇਸ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਕਈਆਂ ਤੋਂ ਇਹ ਗੱਲਾਂ ਜਰੀਆਂ ਨਾ ਗਈਆਂ ਉਸ ਇਤਿਹਾਸ ਨੂੰ ਮੋੜ ਦਰਾਉਂਦੇ ਹੋਏ ਅੱਜ ਫੇਰ ਸਾਡੀ ਸਿੱਖੀ ਦੇ ਉੱਤੇ ਹਮਲੇ ਹੋ ਰਹੇ ਨੇ ਪ੍ਰਚਾਰਕਾਂ ਤੇ ਢਾਡੀਆਂ ਤੇ ਰਾਗੀਆਂ ਤੇ ਜੋ ਵੀ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਨ ਤੇ ਮੈਂ ਇਸ ਸਮੇਂ ਦਮਦਿਤ ਰਕਸਾਲ ਦੇ ਮੁੱਖ ਸੇਵਾਦਾਰ ਪ੍ਰਚਾਰਕ ਪਈ ਮੁਕਮ ਸਿੰਘ ਜੀ ਦੇ ਕੋਲ ਬੈਠਾ ਹਾਂ ਕਿਉਂਕਿ ਉਹਨਾਂ ਨੇ ਵੀ ਸਿੱਖੀ ਦੇ ਪ੍ਰਚਾਰ 'ਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਲ ਅਖਬਾਰ 'ਚ ਦੇਖਿਆ ਕਿ ਇੱਕ ਵੀਰ ਨੇ ਸੰਤ ਪਾਪਾ ਰਣਜੀਤ ਸਿੰਘ ਜੀ ਢਡਰੀਆਂ ਵਾਲਿਆਂ ਦੇ ਦੋਸ਼ ਕੋ ਜਲਾਏ ਤੇ ਮੇਰੇ ਮਨ 'ਚ ਜੱਕਦਮ ਆਈ ਕਿ ਇਹਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਦਾ ਚਾਲ ਹੋ ਸਕਦੀ ਹੈ ਆਪਣੇ ਖਿਆਲ ਮੁਤਾਬਕ ਸੱਜੇ ਖਬੇੋਂ ਪਤਾ ਵੀ ਕੀਤਾ ਕੁਛ ਤੇ ਐਵੇਂ ਮਹਿਸੂਸ ਹੋਇਆ ਕਿ ਵਾਕਈ ਇਸ ਦੇ ਪਿੱਛੇ ਕੋਈ ਗੰਭੀਰ ਚਾਲ ਹੈ। ਤੋ ਮੈਂ ਕੱਲ ਹੀ ਸਰਦਾਰ ਮੇਜਰ ਸਿੰਘ ਅਜੀਤ ਦੇ ਅਖਬਾਰ ਨੂੰ ਉਸਦੇ ਫੋਨ ਦੇ ਉੱਤੇ ਇਹ ਗੱਲ ਉਹਨਾਂ ਨਾਲ ਕਰ ਰਿਹਾ ਸਾਂ ਤੇ ਦੇਖੋ ਆ ਕੁਛ ਹੋ ਰਿਹਾ ਹੈ ਔਰ ਗਲਤ ਹੋ ਰਿਹਾ ਹੈ। ਮੈਂ ਸਮਝਦਾ ਕਿ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖ ਜਗਤ ਦੇ ਇਸ ਸਮੇਂ ਸਟਾਰ ਪ੍ਰਚਾਰਕ ਨੇ ਜਿਹੜੇ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਪ੍ਰਚਾਰਕ ਹੋਰ ਵੀ ਨੇ ਵਿਦਵਾਨ ਵੀ ਨੇ ਉਹਨਾਂ ਤੋਂ ਵੱਡੇ ਵਿਦਵਾਨ ਵੀ ਹੋ ਸਕਦੇ ਆ ਬਜ਼ੁਰਗ ਉਮਰ ਚ ਵੀ ਹੋ ਸਕਦੇ ਆ ਇਸੇ ਦਾ ਤਜਰਬੇ ਚ ਵੀ ਅੱਗੇ ਹੋ ਸਕਦੇ ਆ ਪਰ ਸਵਾਲ ਹੁੰਦਾ ਕਿ ਲੋਕ ਕਿਸ ਨੂੰ ਸੁਣਦੇ ਆ ਲੋਕ ਕਿਸ ਨਾਲ ਖੜਦੇ ਆ ਲੋਕ ਜਿਹੜੇ ਆ ਉਹ ਕਿਹਦੀ ਗੱਲ ਵੱਲ ਧਿਆਨ ਦਿੰਦੇ ਆ ਕੰਨ ਦਿੰਦੇ ਆ ਤੇ ਉਹ ਸਮੇਂ ਫਿਰ ਜਿਹੜੇ ਪ੍ਰਚਾਰਕ ਦੀ ਗੱਲ ਨੂੰ ਸਰੋਤੇ ਸੁਣਦੇ ਆ ਜਾਂ ਸਿੱਖ ਸੁਣਦੇ ਨੇ ਜਾਂ ਲੋਕ ਸੁਣਦੇ ਆ ਕੋਈ ਕੈਸ ਕਟਮ ਤੋਂ ਬਚ ਰਿਹਾ ਕੋਈ ਨਸ਼ਿਆਂ ਤੋਂ ਬਚ ਰਿਹਾ ਕੋਈ ਇਸੇ ਤਰੀਕੇ ਨਾਲ ਦੇਹਤਾਰੀ ਗੁਰੂ ਧੰਮ ਤੋਂ ਬਚਦਾ ਕੋਈ ਅਮਰ ਸ਼ਗ ਰਿਹਾ ਗੁਰੂ ਵਾਲਾ ਬਣ ਰਿਹਾ ਗੁਰਬਾਣੀ ਨਾਲ ਜੁੜ ਰਿਹਾ ਜਾਂ ਆਪਣੇ ਜੀਵਨ ਵਿੱਚ ਵੈਸੇ ਹੋਰ ਕਈ ਤਰ੍ਹਾਂ ਦੇ ਨਗਾਰਾਂ ਤੋਂ ਬਚ ਕੇ ਸੋ ਆਪਣੇ ਜੀਵਨ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਸਮੇਂ ਕੁਝ ਐਸੇ ਹਾਲਾਤ ਪੈਦਾ ਕੀਤੇ ਜਾਂਦੇ ਆ ਕਿ ਇਹ ਬੰਦਿਆਂ ਨੂੰ ਸ਼ੱਕੀ ਬਰਾ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਗੱਲ ਵੀ ਲੋਕ ਸੁਣਨੋਂ ਹਟ ਜਾਣ ਇਕੱਲਾ ਇੱਥੇ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਬਹੁਤ ਸਾਰੀਆਂ ਜਗ੍ਹਾ ਤੇ ਹੁੰਦਾ ਆਇਆ ਤੇ ਇਹ ਹੁੰਦਾ ਵੀ ਰਹਿਣਾ ਹੈ ਸੋ ਸਾਨੂੰ ਇਸ ਤੋਂ ਬਿਲਕੁਲ ਘਬਰਾਟ ਨਹੀਂ ਹੋਣਾ ਚਾਹੀਦਾ ਨਾ ਇਹੋ ਜਿਹੀ ਕੋਈ ਮਨ ਵਿੱਚ ਮਲਾਇਲ ਕਿਸੇ ਨੂੰ ਰੱਖਣੀ ਚਾਹੀਦੀ ਹੈ ਇਹ ਲੋਕਾਂ ਨੇ ਇਹ ਕੁਛ ਸੱਜੇ ਖੱਬੇ ਹੁੰਦਾ ਰਹਿਣਾ ਕੋਈ ਲੋਕ ਜਿਹੜੇ ਆ ਉਹ ਜਿਹੜੇ ਜਿਨ੍ਹਾਂ ਨੂੰ ਸਿੱਖੀ ਦਾ ਪ੍ਰਚਾਰ ਚੰਗਾ ਨਹੀਂ ਲੱਗਦਾ ਉਹ ਇਹੋ ਜਿਹੀਆਂ ਘਟਨਾਵਾਂ ਨੂੰ ਮੂਲ ਬਣਾ ਕੇ ਫਿਰ ਉਹਨਾਂ ਨੂੰ ਸੋ ਇਸੇ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਹਨਾਂ ਗੱਲਾਂ ਬਿਲਕੁਲ ਬਾਬਾ ਰਣਜੀਤ ਸਿੰਘ ਨੂੰ ਧਿਆਨ ਤੱਕ ਨਹੀਂ ਦੇਣਾ ਚਾਹੀਦਾ ਕਿਸੇ ਗੱਲ ਦੇ ਮੰਡਨ ਖੰਡਨ ਵਿੱਚ ਨਹੀਂ ਜਾਣਾ ਚਾਹੀਦਾ ਕਿਸੇ ਤਰ੍ਹਾਂ ਦੀ ਕੋਈ ਚੁੱਪ ਕਰਕੇ ਆਪਣਾ ਪ੍ਰਚਾਰ ਕਰਨ ਤਗੜੇ ਹੋ ਕੇ ਸਿੱਖੀ ਦੀ ਗੱਲ ਕਰਨ ਉਹਨਾਂ ਤੋਂ ਸਾਡੀ ਕੌਮ ਨੂੰ ਬਹੁਤ ਆਸ ਹੈ ਬੜੀ ਉਮੀਦ ਹੈ ਕਿ ਉਹ ਸਾਡੇ ਪ੍ਰਚਾਰ ਨੂੰ ਜਿਸ ਤਰ੍ਹਾਂ ਲੱਕ ਬਨ ਕੇ ਲੱਗੇ ਆ ਔਰ ਜਿਵੇਂ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਆ ਇਹ ਸਾਡੇ ਇੱਕ ਚੰਗੇਰੇ ਭਵਿੱਖ ਦੀ ਨਿਸ਼ਾਨੀ ਹੈ ਤੇ ਚنگੇਰੇ ਭਵਿੱਖ ਦੀ ਨਿਸ਼ਾਨੀ ਨੂੰ ਰੋਕਣ ਵਾਸਤੇ ਇਹੋ ਜਿਹੇ ਯਤਨ ਹੁੰਦੇ ਰਹਿਣਗੇ ਕਿਉਂਕਿ ਪਿਛਲੇ ਦਿਨ ਜਦ ਭਾਈ ਜਸਪਾਲ ਸਿੰਘ ਜੀ ਸ਼ਹੀਦ ਹੋਏ ਗੁਰਦਾਸਪੁਰ ਵਿਖੇ ਤਾਂ ਉਸ ਸਮੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਥੇ ਹੀ ਸਨ ਅਰੋਨਾ ਨੇ ਪੂਰਾ ਦਬਾਅ ਦਿੱਤਾ ਕਿ ਪੁਲਿਸ ਵਾਲਿਆਂ ਦੇਤੇ ਕੇਸ ਰਜਿਸਟਰਡ ਕੀਤੇ ਜਾਣ ਔਰ ਜਿੱਥੇ ਉਹਨਾਂ ਨੇ ਦਬਾਅ ਪਾਇਆ ਹੋਰ ਨਾਲ ਸੰਗਤਾਂ ਨੇ ਦਬਾਅ ਪਾਇਆ ਔਰ ਇਸੇ ਤਰੀਕੇ ਨਾਲ ਜਹਦਰ ਕਾਲ ਤਖਸਾਲ ਪੌਰ ਵੀ ਸਖਸ਼ੀਤਾ ਉੱਥੇ ਸ਼ਾਮਿਲ ਸਨ ਵੱਖ-ਵੱਖ ਜਥੇਬੰਦੀਆਂ ਤੇ ਤੇ ਬਾਬਾ ਰਣਜੀਤ ਸਿੰਘ ਜੀ ਦਾ ਉਸ ਸਮੇਂ ਦਾ ਜਿਹੜਾ ਰੋਲ ਹੈ ਉਸ ਸਮੇਂ ਸੰਗਤਾਂ ਨੂੰ ਇਹ ਕਹਿਣਾ ਕਿ ਮੈਂ ਸੰਗਤਾਂ ਦੇ ਨਾਲ ਖੜਾ ਆ ਜਿੱਥੇ ਜੋ ਸੰਗਤਾਂ ਚਾਹੁੰਦੀਆਂ ਉਸ ਤਰ੍ਹਾਂ ਹੋਣਾ ਚਾਹੀਦਾ ਇੱਕ ਧਰਮ ਪ੍ਰਚਾਰਕ ਜਿਨੇ ਸਿੱਖੀ ਲਈ ਏਡੀ ਵੱਡੀ ਸੇਵਾ ਕੀਤੀ ਹਰ ਦੁੱਖ ਸੁੱਖ ਵਿੱਚ ਖੜਾ ਹੋਇਆ ਜਦ ਲੁਧਿਆਣੇ ਆਸ਼ੂਤੋਸ਼ੀ ਦੇ ਵਿਰੋਧ ਵਿੱਚ ਸ ਸਿੱਖਾਂ ਨੇ ਪ੍ਰੋਟੈਸਟ ਕੀਤਾ ਤਾਂ ਉਸ ਸਮੇਂ ਵੀ ਬਾਬੇ ਦਾਦੂ ਪੁਰੀਆ ਨਾਲ ਔਰ ਬਾਬਾ ਹਰਨਾਮ ਸਿੰਘ ਵੀ ਸੀ ਬਾਬਾ ਢੱਡਰੀਆਂ ਵਾਲੇ ਹੋਰ ਵੀ ਪੰਥਕ ਜਥੇਬੰਦੀਆਂ ਦਲ ਖਾਲਸਾ ਪੰਚ ਪ੍ਰਧਾਨੀ ਸਾਰੇ ਨਾਲ ਸਨ ਤਾਂ ਉਸ ਸਮੇਂ ਵੀ ਬਾਬਾ ਢੱਡਰੀਆਂ ਵਾਲਿਆਂ ਦਾ ਜਿਹੜਾ ਰੋਲ ਸੀ ਬੜਾ ਮਹਾਨ ਸੀ ਮਹੱਤਵਪੂਰਨ ਸੀ ਸੋ ਸਰਕਾਰਾਂ ਨੂੰ ਇਹ ਚੀਜ਼ਾਂ ਰੜਕਦੀਆਂ ਰਹਿਣੀਆਂ ਨੇ ਤੇ ਉਹ ਸਿੱਖੀ ਦੇ ਪ੍ਰਚਾਰ ਨੂੰ ਵੀ ਇਹਨਾਂ ਗੱਲਾਂ ਨੂੰ ਵੀ ਉਹ ਬੰਦ ਕਰਾਉਣਾ ਚਾਹੁੰਦੀਆਂ ਨੇ ਤੇ ਸਾਨੂੰ ਇਹ ਗੱਲ ਕਹਿਣ ਵਿੱਚ ਸਿੱਖ ਸੰਗਤ ਨੂੰ ਬੜੀ ਇਹ ਹੋ ਮਹਿਸੂਸ ਹੋ ਰਿਹਾ ਹੈ ਕਿ ਕੌਮ ਨੂੰ ਇਹ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਭਾਈ ਇਹੋ ਜੀ ਕਿਸੇ ਗੱਲ ਵਿੱਚ ਆਉਣ ਦੀ ਲੋੜ ਨਹੀਂ ਤੇ ਬਾਬੇ ਢੱਡਰੀਆਂ ਵਾਲਿਆਂ ਨੂੰ ਮੈਂ ਸਪੈਸ਼ਲ ਤੌਰ ਤੇ ਬਾਬਾ ਰਜੀਤ ਸਿੰਘ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਕਿਸੇ ਸਪਸ਼ਟੀਕਰਨ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਆਪਣਾ ਪ੍ਰਚਾਰ ਕਰੋ ਸਿੱਖੀ ਦੀ ਗੱਲ ਕਰੋ ਗੁਰਮਤਿ ਦੀ ਗੱਲ ਕਰੋ ਅੰਮ੍ਰਿਤ ਛਕਾਓ ਨਸ਼ੇ ਛਡਾਓ ਕੇਸ ਰਖਾਓ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਤਗੜੇ ਹੋ ਕੇ ਲੱਕ ਬਨ ਕੇ ਕਰਦੇ ਰਹੋ ਇਹ ਤੁਹਾਡੀ ਅੱਜ ਕੌਮ ਨੂੰ ਵੱਡੀ ਲੋੜ ਹੈ ਜ਼ਰੂਰਤ ਹੈ ਤੁਹਾਡੀ ਗੱਲ ਨੂੰ ਕੌਮ ਸੁਣਦੀ ਹੈ ਤੇ ਜਿਹਦੀ ਗੱਲ ਕੌਮ ਸੁਣੇਗੀ ਤੇ ਸਿੱਖ ਵਿਰੋਧੀਆਂ ਨੇ ਉਹਦੀ ਗੱਲ ਸੁਣਨ ਤੋਂ ਰੋਕਣਾ ਇਹ ਦਿਵਾਲੀ ਯੁੱਧ ਹੈ ਇਸ ਵਿੱਚ ਬਿਨਾਂ ਪ੍ਰਵਾਹ ਕੀਤੇ ਤੋਂ ਆਪਣੇ ਆਪ ਨੂੰ ਅੱਗੇ ਤੋਰਦੇ ਚੱਲੋ ਆਪ ਜੀ ਬਾਹਰ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਦੇਖੋ ਮੈਂ ਬਾਹਰ ਦੀ ਸੰਗਤ ਨੂੰ ਕਦੇ ਵਿਸ਼ੇਸ਼ ਅਪੀਲ ਨਹੀਂ ਕੀਤੀ ਮੈਂ ਤਾਂ ਸਮੁੱਚੇ ਸਿੱਖਾਂ ਨੂੰ ਅਪੀਲ ਹੀ ਕਰਦਾ ਹਾਂ ਚਾਹੇ ਉਹ ਪੰਜਾਬ 'ਚ ਵਸਦੇ ਐ ਚਾਹੇ ਪੰਜਾਬ ਤੋਂ ਬਾਹਰ ਇਹ ਇੰਡੀਆ ਦੇ ਵੱਖ-ਵੱਖ ਸੂਬਿਆਂ 'ਚ ਵਸਦੇ ਐ ਚਾਹੇ ਵਿਦੇਸ਼ਾਂ 'ਚ ਐ ਸਾਰੇ ਸਿੱਖਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਭਾਈ ਸਾਨੂੰ ਅੱਜ ਸਮੇਂ ਦੇ ਮੁਤਾਬਕ ਗੁਰਮਤਿ ਨਾਲ ਜੁੜਨ ਦੀ ਲੋੜ ਐ ਆਪ ਜੀ ਦਾ ਧੰਨਵਾਦ ਜੋ ਆਪ ਜੀ ਨੇ ਸਿੱਖ ਸੰਗਤ ਨੂੰ ਇੱਕ ਸੰਦੇਸ਼ ਦਿੱਤਾ ਕਿ ਸਾਨੂੰ ਇਹ ਪੰਥ ਦੁਖੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਸਾਡੀ ਕੌਮ ਨੂੰ ਢਾਲਾਈ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਮੈਂ ਬਲਵਿੰਦਰ ਸਿੰਘ ਕੈਮਰਾਮੈਨ ਗੁਰਜੰਨ ਸਿੰਘ ਦੇ ਨਾਲ ਪੰਜਾਬ ਤੋਂ ਸੰਗਤ ਟੀਵੀ ਦੇ ਲਈ ਜੀ ਰੜਾ ਸਾਹਿਬ ਸੰਪਰਦਾਇ ਤੋਂ ਸੰਤ ਬਾਬਾ ਭਪਿੰਦਰ ਸਿੰਘ ਜੀ ਜਰਗ ਵਾਲੇ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ वाद-ਵਿਵਾਦ ਜੋ ਚੱਲ ਰਿਹਾ ਹੈ ਮਹਾਪੁਰਸ਼ਾਂ ਦੀ ਬਾਬਤ ਜਾਂ ਇਲਜ਼ਾਮ ਲਾਏ ਜਾ ਰਹੇ ਨੇ ਇਹ ਤਾਂ ਇੱਕ ਸਚਾਈ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ ਵੀ ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲਖਣ ਹੀ ਅਸਲੀ ਕਾਲ ਯੁਗ ਦੇ ਲਖਣ ਹਨ ਕੋਈ ਸਚਾਈ ਤੇ ਚੱਲਦਾ ਹੈ ਇੱਕ ਬੰਦਾ ਸਚਾਈ ਤੇ ਚੱਲਦਾ ਹੈ ਕਾਲ ਯੁਗ ਦਾ ਪ੍ਰਭਾਵ ਲੱਖਾਂ ਉਹਨੂੰ ਰੋਕਣ ਵਾਸਤੇ ਤਿਆਰ ਹਨ ਇਸੇ ਤਰ੍ਹਾਂ ਜੇ ਮਹਾਪੁਰਸ਼ ਪ੍ਰਚਾਰ ਕਰਦੇ ਨੇ ਕੋਈ ਵੀ ਕਰਦੇ ਨੇ ਚਾਹੇ ਏਜੰਸੀਆਂ ਐਸੀਆਂ ਪਿੱਛੇ ਬੈਠੀਆਂ ਨੇ ਉਹ ਨਹੀਂ ਚਾਹੁੰਦੀਆਂ ਵੀ ਗੁਰਮਤ ਦਾ ਪ੍ਰਚਾਰ ਹੋਵੇ ਕਈ ਵਾਰ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਸਚਾਈ ਹੈ ਇਹ ਐ ਇਸੇ ਕਰਕੇ ਸਿੱਖੀ ਨੂੰ ਢਾਹ ਲੱਗ ਰਹੀ ਹੈ ਨਾ ਇੰਨੇ ਨਸ਼ੇ ਆਉਣੇ ਇੰਨਾ ਪਤਿਤ ਪਾਣਾ ਹੋਣਾ ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਅਮਰਤਾਰੀ ਸਿੰਘ ਸਜਾਉਣ ਦੇ ਬਾਵਜੂਦ ਵੀ ਫੇਰ ਵੀ ਅਜੇ ਪੰਜਾਬ ਵਿੱਚ ਕੋਈ ਮੋੜਾ ਨਹੀਂ ਪੈ ਰਿਹਾ ਇਹਦਾ ਕਾਰਨ ਇਹੋ ਹੀ ਹੈ ਵੀ ਬਿਲਕੁਲ ਉਹ ਏਜੰਸੀਆਂ ਆਪਣੇ ਕੰਮ ਵਿੱਚ ਕਾਮਯਾਬ ਹੋ ਰਹੀਆਂ ਨੇ ਤੇ ਪਰ ਮਹਾਪੁਰਖਾਂ ਨੂੰ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ ਸੋਰਜ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਅਸਮਾਨ ਦੇ ਉੱਪਰ ਥੁੱਕਦਾ ਹੈ ਤੇ ਥੁੱਕ ਉਹਦੇ ਮੂੰਹ ਤੇ ਹੀ ਪੈਂਦਾ ਹੈ ਤੇ ਜੇ ਕੋਈ ਇਲਜ਼ਾਮ ਲਾਉਂਦਾ ਹੈ ਸਭ ਨਰਮੋਲ ਹਨ ਕੋਈ ਫਰਕ ਨਹੀਂ ਹੈ ਤੇ ਇਸ ਕਰਕੇ ਇਹ ਤਾਂ ਇੱਕ ਸੱਚ ਤਾਂ ਸੱਚ ਹੀ ਰਹਿਣਾ ਗੁਰੂ ਨਖੋਟੇ ਨਾਨਕਾ ਓੜਕ ਸੱਚ ਰਹੀ ਅਖੀਰ ਸੱਚ ਪ੍ਰਗਟ ਹੀ ਹੋ ਜਾਂਦਾ ਹੈ ਤੇ ਝੂਠ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਤੇ ਸੰਗਤਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਵੀ ਇਹੋ ਜੇ ਪ੍ਰਚਾਰ ਤੋਂ ਜਿਹੜਾ ਕਿ ਤੁਹਾਨੂੰ ਗੁੰਮਰਾਹ ਕਰਦਾ ਹੈ ਸਿੱਖੀ ਤੋਂ ਜਾਂ ਮਹਾਪੁਰਸ਼ਾਂ ਤੋਂ ਜਾਂ ਗੁਰਮਤਿ ਦੇ ਪ੍ਰਚਾਰ ਤੋਂ ਗੁੰਮਰਾਹ ਕਰਦਾ ਕੋਈ ਉਹਨੂੰ ਜਿਹੜਾ ਸੋਚ ਲੈਣਾ ਹੈ ਉਹ ਤੇ ਅਮਲ ਕਰਨ ਦੀ ਬਜਾਏ ਉਹਦਾ ਜਵਾਬ ਦੇਣਾ ਹਰ ਇੱਕ ਗੁਰਨਾਨਕ ਨਾਮ ਲੈਵਾ ਗੁਰ ਸਿੱਖ ਦਾ ਪਰਮ ਧਰਮ ਬਣ ਜਾਂਦਾ ਹੈ ਇਹ ਨਹੀਂ ਵੀ ਨਾਲ ਦੀ ਨਾਲ ਉਥੇ ਤਰ੍ਹਾਂ ਹਾਂ ਠਾ ਮਲਾ ਦਿਓ ਤੇ ਉਹ ਨਹੀਂ ਹੈ ਉਹ ਗਲਤ ਹੈ ਇਸ ਕਰਕੇ ਮਹਾਰਾ ਜੀ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਰਹੇਗੀ ਤੇ ਪੰਥ ਦੀ ਚੜ੍ਹਦੀ ਕਲਾ ਰਹੀ ਤੇ ਬੜੀਆਂ ਆਜੰਤੀਆਂ ਆਈਆਂ ਤੇ ਮਰਗੀਆਂ ਖਤਮ ਹੋ ਗਈਆਂ ਪਰ ਪੰਥ ਨੂੰ ਕਦੇ ਕਦੇ ਵੀ ਕੋਈ ਨੀਵਾ ਨਹੀਂ ਕਰ ਸਕਦਾ ਨੀਚਾ ਨਹੀਂ ਕਰ ਸਕਦਾ ਇਹ ਤਾਂ ਜਦੋਂ ਪੜਦੇ ਆ ਨਾ ਪੰਥ ਤੇ ਦੀਆਂ ਗੂੰਜਾਂ ਨਿਤੋਂ ਨਿਤ ਦਿਨੋਂ ਦਿਨ ਪੈਣਗੀਆਂ ਕਿ ਇਹ ਤੇ ਵੀ ਤਰ ਕਰਦੇ ਨੇ ਲਓ ਜੀ ਸੰਤ ਤੇ ਪੜੀ ਜਾ ਰਹੇ ਨੇ ਕਿਹੜੀਆਂ ਗੂੰਜਾਂ ਪੈ ਰਹੀਆਂ ਨੇ ਤੇ ਗੂੰਜਾਂ ਦਾ ਮਤਲਬ ਹੈ ਵੀ ਸੱਚਾਈ ਤੇ ਚੱਲਦੇ ਤੁਰੇ ਜਾਣਾ ਤੇ ਕੰਡੇ ਤਾਂ ਆਉਣਗੇ ਕਿਉਂਕਿ ਜਦੋਂ ਸੱਚ ਨੂੰ ਸੱਚ ਤੇ ਚੱਲਾਂਗੇ ਤੇ ਮੁਸ਼ਕਲਾਂ ਤਾਂ ਆਉਣਗੀਆਂ ਕਿਉਂਕਿ ਮਿਸ਼ਨ ਹੈ ਨਾ ਗੁਰੂ ਨਾਨਕ ਦਾ ਜਿਹੜੇ-ਜਿਹੜੇ ਵੀ ਚੱਲੇ ਉਹਨਾਂ ਨੂੰ ਔਕਣਾ ਚੱਲਣੀਆਂ ਪਈਆਂ ਫਾਂਸੀਆਂ ਤੇ ਚੜਨਾ ਪਿਆ ਚੜਖਣੀਆਂ ਤੇ ਚੜਨਾ ਪਿਆ ਤੇ ਹੋਰ ਕਿਤਨੇ ਤਸੀਹੇ ਝੱਲਣੇ ਪਏ ਜੇ ਉਹਨਾਂ ਨੇ ਮੁੱਖ ਨਹੀਂ ਮੋੜਿਆ ਕਿਉਂਕਿ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗੇ ਵਿਖਮ ਮਾਰਗੇ ਇਹ ਕੋਈ ਸੌਖਾ ਰਸਤਾ ਨਹੀਂ ਹੈ ਬੇਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਯਾਨੀ ਇਹ ਰਸਤਾ ਜਿਹੜਾ ਹੈ ਭਗਤਾਂ ਦਾ ਦੁਨੀਆ ਤੋਂ ਲੱਗ ਗਈ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਸੱਚ ਦੇ ਚੱਲੇ ਨੇ ਉਹ ਰੁਕਣਗੇ ਨਹੀਂ ਤੇ ਉਹਨਾਂ ਨੂੰ ਰੁਕਣਾ ਵੀ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਪਹੁੰਚੇ ਹਾਂ ਸ੍ਰੀ ਗੁਰਦੁਆਰਾ ਸ੍ਰੀ ਸਿਸਰਪੀਖੀ ਜਿੱਥੇ ਕੀ ਬਾਬਾ ਕਰਮ ਸਿੰਘ ਜੀ ਦੇ ਸੇਵਾ ਦੇ ਵਿੱਚ ਸੰਤ ਬਾਬਾ ਰਣਜੀਤ ਸਿੰਘ ਜੀ ਆਏ ਤੇ ਉਹਨਾਂ ਦੇ ਨਾਲ ਹੀ ਉਸ ਸਮੇਂ ਸੇਵਾ ਕਰ ਰਹੇ ਸਨ ਸੰਤ ਬਾਬਾ ਸਤਨਾਮ ਸਿੰਘ ਜੀ ਤੇ ਅਸੀਂ ਉਹਨਾਂ ਤੋਂ ਹੀ ਉਹਨਾਂ ਦੇ ਬਚਪਨ ਅਤੇ ਉਹਨਾਂ ਦੀ ਸਿੱਖਿਆ ਬਾਰੇ ਜਾਣੂ ਹੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਵੀ ਸੁਖਵਿੰਦਰ ਸਿੰਘ ਨੇ ਸੰਤ ਬਾਬਾ ਰਣਜੀਤ ਸਿੰਘ ਮਹਾਂਪੁਰ ਸਾਹਿਬ ਤੇ ਬੇਬਨਾਦ ਦੋਸ਼ ਲਾਏ ਹਨ ਉਹ ਬਿਲਕੁਲ ਬੇਬਨਾਦ ਹਨ ਸੋ ਇਸ ਤਰ੍ਹਾਂ ਹੀ ਸੰਤੋਪਾਪਰਨਜੀਤ ਸਿੰਘ ਜੀ ਸੰਤੋਪਾਪਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਸਨ 1992-93 ਤੋਂ ਲੈ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਹੀ ਰਹੇ ਹਨ ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ ਹੈ ਤੇ ਉਸ ਤੋਂ ਬਾਅਦ 13 ਸਾਲ ਲਗਾਤਾਰ ਹੀ ਸੰਗਤ ਦੀ ਕੀਰਤਨ ਦੁਆਰਾ ਸੇਵਾ ਕੀਤੀ ਤੇ ਨਾਮ ਬਾਣੀ ਦੇ ਨਾਲ ਜੋੜਿਆ ਸੰਗਤਾਂ ਨੂੰ ਅੰਮਤ ਛਕਾ ਕੇ ਗੁਰੂ ਦੇ ਲਾੜ ਲਾਇਆ ਤੇ ਕਿ ਰਤਨਾ ਤੋਂ ਬਚਾ ਕੇ ਰਹਿਤ ਤੇ ਚੱਲਣ ਦਾ ਹੀ ਉਪਦੇਸ਼ ਦਿੱਤਾ ਮੈਂ ਮਹਾਂਪੁਰਖਾਂ ਦੇ ਜੀਵਨ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਇਨਨੇ ਚਿਰ ਤੋਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰਹੇ ਨੇ ਉਹਨਾਂ ਤੇ ਅੱਜ ਤਾਈਂ ਕੋਈ ਵੀ ਇੱਕ ਕੋਈ ਬੰਦਾ ਉਹਨਾਂ ਨੂੰ ਗਲਤ ਨਹੀਂ ਸਾਬਤ ਕਰ ਸਕਦਾ ਨਾ ਹੀ ਕੋਈ ਉਂਗਲ ਕਰ ਸਕਦਾ ਹੈ ਉਹਨਾਂ ਵਾਪ ਜਿਨ੍ਹਾਂ ਨੇ ਲੱਖਾਂ ਹੀ ਸੰਗਤਾਂ ਨੂੰ ਅਮਤ ਛਕਾਇਆ ਗੁਰੂ ਦੇ ਲੜ ਲਾਇਆ ਤੇ ਲੱਖਾਂ ਹੀ ਸੰਗਤਾਂ ਦੇ ਕੇਸ ਰਖਾਏ ਹਨ ਉਹ ਕਿਸ ਤਰ੍ਹਾਂ ਇਹ ਕਹਿ ਸਕਦੇ ਹਨ ਕਿ ਮੈਂ ਇਸ ਦੇ ਕੇਸ ਕੱਟੇ ਜਾਣ ਜਾਂ ਇਸ ਦਾ ਦਾੜਾ ਕੱਟਿਆ ਜਾਵੇ ਉਹ ਬਿਲਕੁਲ ਹੀ ਵਿਰਮਨਿਆ ਝੂਠ ਹੈ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਇਹੋ ਜੇ ਜੋ ਗੁੰਮਰਾਹ ਕਰ ਰਹੇ ਹਨ ਸੰਗਤ ਨੂੰ ਇਹੋ ਜੇ ਤੁਸ ਸੁਚੇਤ ਰਹਿਣ ਤੇ ਮਹਾਂਪੁਰਖਾਂ ਦੇ ਜੋ ਵੀ ਉਪਦੇਸ਼ ਦੇ ਰਹੇ ਹਨ ਸੰਗਤ ਨੂੰ ਉਸ ਦੇ ਨਾਲ ਜੁੜ ਕੇ ਤੇ ਆਪਣਾ ਜੀਵਨ ਸਫਲਾ ਕਰਨ ਤੇ ਹੁਣ ਅਸੀਂ ਨਾਨਕ ਸਾਹਿਬ ਸਮਰਪਦਾਇਚ ਮੌਜੂਦਾ ਮੁਖੀ ਸੰਤ ਬਾਬਾ ਹਰਭਜਨ ਸਿੰਘ ਜੀ ਦੇ ਸਤਾਨ ਤੇ ਆਏ ਹਾਂ ਤੇ ਉਹਨਾਂ ਤੋਂ ਹੀ ਇਸ ਵਿਵਾਦ ਬਾਰੇ ਜਾਣੂ ਹੁੰਨੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਕਰਿਆ ਦੇ ਮਹਾਂਪੁਰਖਾਂ ਵੱਲੋਂ ਆਗਸਿਕ ਸੰਗਤਾਂ ਨੂੰ ਬੇਨਤੀ ਕਰ ਰਿਹਾ ਹੈ ਜੋ ਸੁਖਵਿੰਦਰ ਸਿੰਘ ਬਿਆਲ ਜੋ ਵੱਲੋਂ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਵੱਲ ਤੇ ਦੋਸ਼ ਲਾਇਆ ਗਿਆ ਸੀ ਸਿੱਖ ਜਥੇਬੰਦੀਆਂ ਕਾਲ ਤਖਤ ਦੇ ਜਥੇਦਾਰ ਜਿੰਨਾ ਨੇ ਬੇਬੁਨਿਆਦ ਕੀਤਾ ਹੈ ਦਾਸ ਨਾਨਸਾ ਸੰਪਰਦਾ ਦੇ ਮਹਾਪੁਰਖਾਂ ਨਾਲ ਬੈਠਾ ਹੈ ਮਹਾਪੁਰਖਾਂ ਦਾ ਵੇਖਿਆ ਹੁਕਮ ਹੈ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਸੱਚੇ ਸੁੱਚੇ ਹਨ ਜੋ ਉਹਨਾਂ ਦੇ ਬੁਨਿਆਦ ਲੱਗੇ ਹਨ ਉਹ ਬਿਲਕੁਲ ਹੀ ਗਲਤ ਹਨ ਝੂਠੇ ਹਨ ਉਹਨਾਂ ਨੂੰ ਸਿੱਖ ਜਥੇਬੰਦੀਆਂ ਨੇ ਵੀ ਬਿਲਕੁਲ ਖਾਰਜ ਕੀਤਾ ਹੈ ਕਾਲ ਤਖਤ ਨੇ ਵੀ ਖਾਰਜ ਕੀਤਾ ਹੈ ਨਾਨਸ ਦੀ ਕਲੇਰਾਂ ਦੇ ਮਹਾਪੁਰਖ ਵੀ ਖਾਰਜ ਕਰਦੇ ਹਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਤਨੀਆਂ ਵੀ ਹਣ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਨਾਲ ਖੜੀਆਂ ਹਨ ਉਸੇ ਤਰ੍ਹਾਂ ਉਹਨਾਂ ਦਾ ਸੰਯੋਗ ਦੇਣ ਉਹਨਾਂ ਦਾ ਸਾਥ ਦੇਣ ਜੋ ਇਹੋ ਜੇ ਨਮੁੱਲੇ ਹੀਰੇ ਹਨ ਸਿੱਖ ਕੌਮ ਦੇ ਜੋ ਪ੍ਰਚਾਰ ਕਰ ਰਹੇ ਹਨ ਸਿੱਖ ਧਰਮ ਦਾ ਇਹਨਾਂ ਨੂੰ ਕੋਈ ਏਜੰਸੀਆਂ ਕੋਈ ਇਹੋ ਜੇ ਆਗੂ ਜਿਹੜੇ ਹਨ ਜਿਹੜਾ ਨੂੰ ਇਹ ਚੰਗਾ ਨਹੀਂ ਲੱਗਦਾ ਸਿੱਖ ਧਰਮ ਦਾ ਪ੍ਰਚਾਰ ਉਹ ਇਹੋ ਜਿਹੇ ਕੁਝ ਵੀ ਚੋ ਸੇਵਕਾਂ ਨੂੰ ਫੜ ਕੇ ਜਿਹੜੇ ਪੂਰੇ ਸੇਵਕ ਨਹੀਂ ਹੁੰਦੇ ਉਹਨਾਂ ਨੂੰ ਫੜ ਕੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਇਹੋ ਜੇ ਕੰਮ ਕਰਵਾ ਰੀਆਂ ਹਨ ਇਸ ਕਰਕੇ ਸੰਪਰਦਾ ਨਾਲ ਸਖਲੇਰਾ ਵੱਲੋਂ ਮੌਜੂਦਾ ਮਹਾਪ੍ਰਸੰਤਪਾਪ ਹਰਪ੍ਰਜਨ ਸਿੰਘ ਇਸ ਚੀਜ਼ ਦਾ ਖੰਡਨ ਕਰਦੇ ਹਨ ਸੰਤਪਾਪਾ ਰਣਜੀਤ ਸਿੰਘ ਬਿਲਕੁਲ ਜੋ ਉਹਨਾਂ ਦਾ ਪ੍ਰਚਾਰ ਬਿਲਕੁਲ ਸੱਚਾ ਸੂਚਾ ਜੋ ਉਹਨਾਂ ਦੇ ਝੂਠੇ ਬੁਨਿਆਦ ਲਾਏ ਗਏ ਹਨ ਉਹ ਬਿਲਕੁਲ ਗਲਤ ਹਨ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਹਾਂ ਸਾਰਿਆਂ ਸੰਪਰਦਾਵਾਂ ਖੰਡਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ